दोस्तों, मैं अमरजोत सिंह बोल रहा हूँ, एडमिंटन कैनेडा तो। ते मेरे जी नाम जुड़े हुए हैं बुध सिंह फ्रॉम बारिन। बुध सिंह जी, किस तरह सब ठीक है बारिन? हाँ जी, हाँ जी, बहुत बढ़िया जी, इतने सेटे काम मारे की कृपा जी। थैंक यू वेरी मच, दैट्स गुड। कोरोना वायरस की की खबर है उत्थे? मेरे मैं सुने उत्थे करीब 6,000 7,000 जेडे हो गए पीड़ित बारिन में। हाँ जी, है गए पर इदा भी थोड़े ठीक भी होंगे जाते हैं डेली, तो कुछ मतलब आते भी नवे भी है। अच्छा, हाँ जी, ठीक है बस ते जानी तुहाडी जिहड़ी मेरे ख्याल एक बारिन दी जिहड़ी एयरलाइन है गल्फ एयर, उहदा की हाल है? गल फिर हूँ तो बंद ही है जी, सब कुछ बंद है। सब कुछ बंद हाँ है। जी, बाकी हाँ जिहड़े जी, जिहड़े उत्थे लोग काम करदे आ, जिहड़े इंडिया पाकिस्तान होर जिहड़े माइग्रेंट वर्कर्स काम करदे आ जिहड़े खाड़ी मुल्कां 'च, उहनां दा की हाल है? उत्थे उहनां दी छटनी हो रही है या उत्थे लोकां नूं नौकरी कंटिन्यू हो रही है? उहनां दी की सिचुएशन है? ਭਾਜੀ ਇੱਥੇ ਜਿਹੜਾ ਬਹਿਰੀਨ ਦਾ ਨਾ, ਬਹਿਰੀਨ ਦੇ ਵਿੱਚ ਤਾਂ ਇੱਦਾਂ ਵੀ ਇਹਨਾਂ ਨੇ ਲੋਕਡਾਊਨ ਜਿੱਦਾਂ ਇੰਡੀਆ ਹੋਇਆ ਇੱਥੇ ਹੋਇਆ ਨੀਗਾ। ਹਾਂ ਇਹਨਾਂ ਨੇ ਜਿੱਦਾਂ ਕੋਈ ਬਾਰਬਰ ਸ਼ੋਪ ਸੀਗੀਆਂ ਤੇ ਜਾਂ ਟੇਲਰ ਸ਼ੋਪ ਦੀਆਂ ਦੁਕਾਨਾਂ ਸੀ, ਇਹ ਬੰਦ ਕੀਤੀਆਂ ਸੀਗੀਆਂ ਕੋਈ ਮਹੀਨੇ ਕੁ ਲਈ। ਤੇ ਹਜੇ ਬਾਰਬਰ ਸ਼ੋਪ ਤਾਂ ਹਜੇ ਵੀ ਬੰਦ ਆ, ਤੇ ਬਾਕੀ ਜਿਹੜੇ ਗੈਰੇਜ ਆ ਜਾਂ ਮਤਲਬ ਟਾਇਰ ਸ਼ੋਪ ਆ, ਕਾਰਾਂ ਦਾ ਕੰਮ ਹੋ ਗਿਆ ਜਾਂ ਸਰਵਿਸ ਸਟੇਸ਼ਨ ਹੋ ਗਿਆ, ਸਪੇਅਰ ਪਾਰਟਸ ਹੋ ਗਏ, ਇਹ ਚੱਲਦਾ ਕੰਮ। ਠੀਕ ਹੈ, ਠੀਕ ਹੈ। ਤੇ ਆਪਣਾ ਕਿਸ ਚੀਜ਼ ਦਾ ਬਿਜ਼ਨਸ ਹੈ? ਆਪਣਾ ਭਾਜੀ ਅਸੀਂ ਕਾਰਾਂ ਦਾ ਕਰਦੇ ਜੀ, ਰਿਪੇਅਰ ਕਰਦੇ ਹਾਂ। ਕਾਰ ਰਿਪੇਅਰ ਕਰਦੇ ਹੋ? ਹਾਂਜੀ, ਗੈਰੇਜ ਹੈ ਜੀ। ਗਰਾਜ? ਹਾਂਜੀ, ਕਿਸ ਚੀਜ਼ ਦੀ ਰਿਪੇਅਰ ਕਰਦੇ ਹੋ? ਇੰਜਨ ਰਿਪੇਅਰ ਜਾਂ ਕੋਈ ਆਟੋ ਬੋਡੀ ਜਾਂ ਰਿਪੇਅਰ, ਕਿਸ ਚੀਜ਼ ਦੀ ਰਿਪੇਅਰ ਕਰਦੇ ਹੋ? ਰਿਪੇਅਰ ਭਾਜੀ ਇੱਕ ਤਾਂ ਆਪਾਂ ਕਾਰ ਏਸੀ ਦਾ ਕੰਮ ਕਰਦੇ ਹਾਂ, ਦੂਜਾ ਆਟੋ ਇਲੈਕਟ੍ਰੀਸ਼ੀਅਨ ਦਾ ਕਰਦੇ ਹਾਂ, ਤੀਜਾ ਆਪਾਂ ਮਕੈਨਿਕ ਦਾ, ਇੰਜਨ ਰਿਪੇਅਰ ਹੋ ਗਈ, ਬ੍ਰੇਕ ਰਿਪੇਅਰ ਹੋ ਗਈ, ਜਾਣੀ ਦੂਜਾ ਪੇਂਟ ਦਾ ਕੰਮ ਨਹੀਂ। ਠੀਕ ਹੈ। ਆਪਣੀ ਹਾਂਜੀ, ਕੁਆਲੀਫਿਕੇਸ਼ਨ ਕੀ ਹੈ? ਤੁਹਾਡੀ ਕੁਆਲੀਫਿਕੇਸ਼ਨ ਵਾਲਾ ਕੀ ਹੈ? ਮੈਂ ਤੇ ਮੈਟ੍ਰਿਕ ਹੀ ਹਾਂ ਜੀ। ਅੱਛਾ, ਇਹ ਹਾਂਜੀ, ਕਾਰਾਂ ਦਾ ਕੰਮ ਕਿੱਥੋਂ ਸਿੱਖ ਲਿਆ ਤੁਸੀਂ? ਕਿਸ ਤਰ੍ਹਾਂ ਤੁਸੀਂ ਇਹਦੀ ਤਾਲੀਮ ਲਈ? ਮੈਂ ਭਾਜੀ ਜਦੋਂ ਆਇਆ ਸੀ ਨਾ ਤੇ ਪਿੰਡੋਂ ਤੇ ਮੈਂ ਲੇਬਰ ਹੀ ਆਇਆ ਸੀ, ਓਕੇ। ਸਨ 1993 'ਚ ਆਇਆ ਜੀ ਇੱਥੇ ਮੈਂ। 93, ਓਕੇ। ਇੱਥੇ ਇੱਥੇ ਫਿਰ ਮੈਂ 3.5 ਸਾਲ ਗੈਰਜ ਵਿੱਚ ਕੰਮ ਕੀਤਾ ਜੀ, ਕਿਸੇ ਆਪਣਾ ਅਰਾਨੀ ਅਰਬੀ ਸੀਗਾ ਉਹਦੇ ਨਾਲ, ਫਿਰ ਮੈਂ 3.5 ਸਾਲ ਲੱਗਾ ਰਿਹਾ। 3.5 ਸਾਲ ਬਾਅਦ ਮੈਂ ਜਦੋਂ ਫਿਰ ਇਹਦਾ ਕੰਮ ਦੇ ਵਿੱਚ ਪੂਰਾ ਪਰਫੈਕਟ ਹੋ ਗਿਆ, ਤੇ ਫਿਰ 3.5-4 ਸਾਲ ਫਿਰ ਮੈਂ ਆਪਣਾ ਸੀਅਰ ਕਿਰਾਏ ਤੇ ਲੈ ਕੇ ਤੇ ਗੈਰੇਜ ਖੋਲਿਆ ਸੀ। ਦੈਟਸ ਗੁੱਡ, ਦੈਟਸ ਗੁੱਡ। ਅਪਰੋਕਸੀਮੇਟਲੀ ਔਨ ਹਾਂਜੀ, ਐਨ ਐਵਰੇਜ US ਡਾਲਰ ਵਿੱਚ ਕਿੰਨੀ ਇਨਕਮ ਹੋ ਜਾਂਦੀ ਹੈ ਐਵਰੀ ਮੰਥ? US ਡਾਲਰ ਦੇ ਵਿੱਚ ਤੁਸੀਂ ਲਾ ਲਓ, ਤੁਸੀਂ ਜੇ 2.5-3 ਲਾ ਲਓ, ਕਈ 3.5 ਵੀ ਹੋ ਜਾਂਦਾ, ਕਈ ਵਾਰੀ 4 ਵੀ ਹੋ ਜਾਂਦਾ, ਕਈ ਵਾਰੀ 2.5 ਵੀ ਹੋ ਜਾਂਦਾ, ਇੱਦਾਂ ਜਾਣੀ ਕੰਮ ਆ। US ਤੇ ਡਾਲਰ ਚ ਕਿੰਨਾ ਕਿੰਨਾ ਦੱਸਿਆ? ਆਮ ਸੌਰੀ, ਆਈ ਡਿਡ ਨਾਟ ਅੰਡਰਸਟੈਂਡ। ਕਿੰਨਾ? 3,000-4,000 ਡਾਲਰ? ਇਹ ਤੁਸੀਂ 5,000 ਡਾਲਰ ਤਾਂ ਲਾ ਲਓ ਨਾ, 5,000, ਸਾਢੇ ਓਕੇ, ਚਾਰ ਫਾਈਵ ਪੰਜ ਫਾਈਵ ਥਾਊਜ਼ੈਂਡ ਓਕੇ। 5,000 ਡਾਲਰ ਤੁਹਾਨੂੰ ਬਚ ਜਾਂਦੇ ਹੈ ਹਰ ਮਹੀਨੇ ਜਿਹੜੇ ਤੁਹਾਡੇ ਖਰਚੇ ਕੱਢ ਕੇ ਜਾਂ ਗ੍ਰੋਸ ਇਨਕਮ ਹੈ? ਨਹੀਂ, ਖਰਚੇ ਕੱਢ ਗਏ ਜੀ, ਕਈ ਵਾਰ ਇੱਦਾਂ ਨਾ ਜਿੱਦਾਂ 3.5-5 ਤੱਕ ਹੋ ਜਾਂਦਾ ਵਾ, ਜਿੱਦਾਂ 35 ਤੋਂ ਲਾ ਲਓ 5 ਤੱਕ ਇੱਦਾਂ ਬਚਦੇ ਆ, ਇਹ ਜੋ ਵਾਧਾ ਘਟਦਾ ਰਹਿੰਦਾ ਜੀ। ਦੈਟਸ ਗੁੱਡ, ਦੈਟਸ ਵੰਡਰਫੁਲ ਸਰ ਜੀ। ਫਿਰ ਤੇ ਆਪਣੀ ਏਜ ਏਜ ਕਿੰਨੀ ਹੈ? ਮੈਂ ਹੁਣ 54 ਹੋ ਗਿਆ ਜੀ। 54 ਸਰ ਜੀ, ਤਾਂ ਤੁਸੀਂ ਤਾਂ ਮੇਰੀ ਜੋ ਮੇਰੀ ਏਜ ਹੈ ਤੁਹਾਡੀ ਏਜ ਹੈ, ਮੇਰੀ ਮੈਰੀ ਏਜ 53 ਚੱਲ ਰਹੀ ਇਸ ਵਕਤ। ਹਾਂਜੀ, ਸੋ ਯੂ ਆਰ ਜਸਟ ਅਬਾਊਟ ਸੇਮ। ਸੋ ਤੁਹਾਡੇ ਮਨ 'ਚ ਕੋਈ ਕੈਨੇਡਾ ਦਾ ਪਲਾਨ ਚੱਲ ਰਿਹਾ? ਕੈਨੇਡਾ ਸੈਟਿੰਗ ਦੀ ਸੋਚ ਰਹੇ ਹੋ ਜਾਂ ਕੀ ਹੈ ਤੁਹਾਡੇ ਕੈਨੇਡਾ ਦਾ ਕੀ, ਮੈਂ ਭਾਜੀ, ਕਿਸ ਤਰ੍ਹਾਂ ਹਾਂਜੀ ਕਨੈਕਸ਼ਨ ਆਇਆ? ਹਾਂਜੀ, ਬਸ ਮੈਂ ਦਿਲ ਦੇ ਵਿੱਚ ਇਹ ਆਈ ਸੀਗੀ ਵੀ ਇੱਥੇ ਤਾਂ ਬੈਠੇ ਹਾਂ, ਵੀਜ਼ੇ ਤੇ ਬੈਠੇ ਹਾਂ ਜੀ, 2 ਸਾਲ ਹਾਂ ਹੀ ਸਟੈਂਪ ਕਰਾਉਣਾ ਪੈਂਦਾ ਵੀਜ਼ਾ, ਹਾਂ ਕਿਰਾਏ ਜਿੱਦਾਂ ਇੱਥੇ ਇੰਡੀਆ ਦਾ ਆਪਾਂ 2 ਲੱਖ ਰੁਪਇਆ ਦਿੰਦੇ ਇਹਨਾਂ ਨੂੰ, ਦੋ ਇੱਥੇ ਲੱਖ ਦਾ ਰੁਪਏ ਜਾਣੀ ਕਿਰਾਇਆ ਦਿੰਦੇ ਹੋ ਪਰ ਇੰਡੀਆ ਦਾ ਯਾ ਪਰ ਮੰਥ? ਪਰ ਮੰਥ। ਪਰ ਮੰਥ, ਓਕੇ ਓਕੇ, ਹਾਂ ਜੀ, ਠੀਕ ਹੈ, ਤੋ ਠੀਕ ਹੈ। ਉਹ ਜਿੱਦਾਂ ਹੁਣ ਤੁਸੀਂ ਲਾ ਲਓ 27ਵਾਂ ਸਾਲ ਹੋ ਗਿਆ, 27 ਸਾਲ ਦੇ ਵਿੱਚ ਤੁਸੀਂ ਆ ਜਿੱਥੇ ਹੁਣ ਮੈਂ ਬੈਠਾ ਹਾਂ ਘਰ ਆ, ਇਹ ਵੀ ਸਾਡੇ ਕੋਲ ਕਿਰਾਏ ਤੇ ਆ, ਸਾਡੇ ਕੋਲ ਸ਼ਾਪ ਜਿਹੜੀ ਉਹ ਵੀ ਕਿਰਾਏ ਤੇ ਆ, ਬਾਕੀ ਜਿਹਦਾ ਸੀਆਰ ਆ ਉਹ ਵੀ ਕਿਰਾਏ ਤੇ ਆ, ਸਭ ਕੁਝ ਕਿਰਾਏ ਬਾਕੀ ਤੇ ਜਿਹੜਾ ਹੈ? ਆਪਣਾ ਸਭ ਆਪਣਾ ਕੁਝ ਕੁਛ ਨਹੀਂ ਹੈ? ਆਪਣਾ ਤਾਂ ਬਸ ਕੰਮ ਕਰਦੇ, ਪੈਸੇ ਮਿਲਦੇ, ਹੋਰ ਕੁਛ ਨਹੀਂ। ਅੱਛਾ, ਹਾਂਜੀ, ਆ ਜਿਹੜੇ ਪੈਸੇ ਮਿਲਦੇ ਆ ਤੁਹਾਨੂੰ, ਪੈਸੇ ਜਿਹੜੇ ਕਮਾਈ ਹੈ, ਇਹਦੇ 'ਚ ਟੈਕਸ ਤਾਂ ਹੈ ਨਹੀਂ ਮੇਰੇ ਖਿਆਲ? ਟੈਕਸ ਤਾਂ ਹੋਣਾ ਨਹੀਂ ਸ਼ਾਇਦ? ਭਾਜੀ ਪਹਿਲਾਂ ਟੈਕਸ ਹੈ ਨਹੀਂ ਸੀਗਾ, ਹੁਣ ਪਿਛਲੇ ਸਾਲ ਤੋਂ ਇਹਨਾਂ ਨੇ 5% ਟੈਕਸ ਲਾ ਦਿੱਤਾ ਹਰ ਚੀਜ਼ ਤੇ, ਵਾਓ, ਲਾਈਕ ਇਨਕਮ ਟੈਕਸ? ਇਨਕਮ ਟੈਕਸ। ਹਾਂਜੀ, ਇਨਕਮ ਟੈਕਸ, ਅੱਛਾ, 5%, ਹਾਂਜੀ, ਚਲੋ। ਅੱਛਾ, ਬਾਕੀ ਸਭ ਕਿਰਾਏ? ਅੱਛਾ, ਆਪਣੀ ਤੁਸੀਂ ਪ੍ਰਾਪਰਟੀ ਵਗੈਰਾ ਖਰੀਦ ਸਕਦੇ ਹੋ ਇੱਥੇ ਕਿ ਨਹੀਂ? ਪ੍ਰਾਪਰਟੀ, ਘਰ ਵਗੈਰਾ ਖਰੀਦ ਸਕਦੇ ਹੋ? ਨਹੀਂ,
ਨਹੀਂ ਭਾਜੀ ਅੱਛਾ ਆਪਣੀ ਪ੍ਰੋਪਰਟੀ ਬਿਲਕੁਲ ਨਹੀਂ ਖਰੀਦ ਸਕਦੇ ਤੇ ਜਿਹੜੀ ਜੋ ਬਿਜ਼ਨਸ ਹੈ ਉਹ ਚੱਲ ਰਿਹਾ ਕਿਸੇ ਨਾਮ ਤੇ ਕੰਮ ਤੁਸੀਂ ਕਰ ਰਹੇ ਹੋ ਨਾਮ ਕਿਸੇ ਹੋਰ ਦਾ ਚੱਲ ਰਿਹਾ ਹਾਂਜੀ ਜਿਹੜਾ ਕਾਗਜ਼ੀ ਹੈ ਨਾ ਤੇ ਉਹ ਅਰਬੀ ਦੇ ਨਾਮ ਤੇ ਚੱਲਦਾ ਸੋ ਕੁਝ ਅੱਛਾ ਸੋ ਜੋ ਵੀ ਪ੍ਰੋਫਿਟ ਡਿਸਟ੍ਰੀਬਿਊਸ਼ਨ ਹੈ ਜੋ ਇਨਕਮ ਜਨਰੇਸ਼ਨ ਹੈ ਜੇ ਅਗਰ ਉਹਨਾਂ ਦੀ ਨੀਤ ਬਦਲ ਗਈ ਜਾਂ ਕੁਝ ਹੋਰ ਪਾਲਿਸੀ ਚੇਂਜ ਹੋ ਗਏ ਤੇ ਉਹ ਵੀ ਮਿੰਟ 'ਚ ਉਹ ਚੇਂਜ ਕਰ ਸਕਦੇ ਹੈ ਸਾਰਾ ਨਹੀਂ ਜਿੱਦਾਂ ਹੁਣ ਭਾਵੇਂ ਸਵੇਰੇ ਉਹ ਸਾਨੂੰ ਕਵੇ ਜਿਹੜਾ ਜਿਹਦੇ ਨਾਂ ਤੇ ਅਸੀਂ ਸੀਆਰ ਦਾ ਰਜਿਸਟ੍ਰੇਸ਼ਨ ਹੈਗੀ ਆ ਗੈਰੇਜ ਦੀ ਉਹ ਸਾਨੂੰ ਕੱਲ ਨੂੰ ਕਵੇ ਵੀ ਤੁਹਾਨੂੰ ਮੈਨੂੰ ਚਾਬੀਆਂ ਦਿਓ ਤੁਹਾਡਾ ਮਤਲਬ ਕੋਈ ਨੀਗਾ ਤੇ ਅਸੀਂ ਉਜਰ ਨਹੀਂ ਸਾਡਾ ਕੋਈ ਵੀ ਅੱਛਾ ਅੱਛਾ ਤਾਂ ਤੁਹਾਡੇ ਕੋਲ ਕੋਈ ਕੰਟਰੋਲ ਨਹੀਂ ਹੈ ਤੁਹਾਡੀ ਕੋਈ ਆਪਣੀ ਕੋਈ ਫਰੀਡਮ ਨਹੀਂ ਹੈ ਕਿ ਤੁਸੀਂ ਉਹਨੂੰ ਮਨਾ ਕਰ ਸਕੋ ਨਹੀਂ ਕੋਈ ਨਹੀਂ ਅੱਛਾ ਮੁੜ ਕੇ ਤੁਸੀਂ ਅਗਰ ਜੇ ਇੱਥੇ ਬੰਦ ਹੋ ਗਿਆ ਕਿਸੇ ਦੂਸਰੇ ਅਰਬੀ ਕੋਲ ਜਾ ਕੇ ਤੁਸੀਂ ਇਹ ਕੰਮ ਸਟਾਰਟ ਕਰ ਸਕਦੇ ਹੋ ਕਿ ਨਹੀਂ ਨਹੀਂ ਉਹ ਇੱਕ ਕਾਨੂੰਨ ਹੁਣ ਦਿੱਤਾ ਜੀ ਹੋ ਗਿਆ 6-7 ਸਾਲ ਹੋ ਗਏ ਆ ਬਣਿਆ ਇੱਥੇ ਵੀ LMR ਪਹਿਲਾਂ ਹੈ ਨਹੀਂ ਸੀ ਹੁਣ ਆਈ ਹੈ ਕੰਪਨੀ ਤੇ ਗਵਰਨਮੈਂਟ ਨੇ ਕੀਤੀ ਆ ਉਹ ਹੁਣ ਅਸੀਂ ਵੀਜ਼ਾ ਤੇ ਚੇਂਜ ਕਰ ਸਕਦੇ ਹਾਂ ਦੂਜੇ ਇੰਪਲਾਈ ਤੋਂ ਪਰ ਇੱਦਾਂ ਨਾ ਵੀ ਜਿੱਦਾਂ ਹੁਣ ਭਾਜੀ 27-24 ਸਾਲ ਹੋ ਗਏ ਇੱਕ ਜਗ੍ਹਾ ਤੇ ਆਪਾਂ ਨੂੰ ਬੈਠਿਆਂ ਨੂੰ ਤੇ ਉਹ ਜਗ੍ਹਾ ਦੀ ਵੀ ਹੁਣ ਵੈਲਿਊਏਸ਼ਨ ਬਣੀ ਆ ਤੇ ਰੱਛ ਵੀ ਪੈ ਗਿਆ ਹੁਣ ਤੇ ਮਤਲਬ ਜੇ ਬੰਦਾ ਇੱਕ ਥਾਂ ਮੁੜ ਕੇ ਛੁੱਟ ਜਾਂਦਾ ਕੰਮ ਤੇ ਤੁਹਾਨੂੰ ਪਤਾ ਹੀ ਫਿਰ ਮੁੜ ਕੇ ਸੈੱਟ ਨਹੀਂ ਆਉਂਦਾ ਦੁਬਾਰਾ ਸਰ ਜੀ ਇਹ ਤੇ ਕੰਮ ਹੀ ਵਧੀਆ ਫਿਰ ਅਰਬੀਆਂ ਦਾ ਮਤਲਬ ਕਿ ਤੁਹਾਡੇ ਤੋਂ ਉਹਨਾਂ ਦੇ ਮਿਹਨਤ ਕਰਵਾਈ 20-25 ਸਾਲ ਇੱਕ ਇੱਕ ਜਿਹੜੇ ਸਥਾਨ ਦੀ ਜਿਹੜੀ ਇੱਕ ਜਿਹੜੇ ਲੋਕੇਸ਼ਨ ਦੀ ਗੁੱਡਵਿਲ ਡਿਵੈਲਪ ਹੋ ਗਈ ਤੁਹਾਡੇ ਨਾਮ ਤੋਂ ਜਾਂ ਹੋਰ ਜਿਸ ਤਰ੍ਹਾਂ ਇੱਕ ਪਬਲਿਸਿਟੀ ਕਰਕੇ ਜੇਕਰ ਤੁਹਾਨੂੰ ਕੱਢ ਕੇ ਕੋਈ ਦੂਸਰਾ ਮਕੈਨਿਕ ਲਾ ਕੇ ਅਗਰ ਜੇ ਉਹਨੂੰ ਫਿੱਟ ਕਰ ਦੇਂਗੇ ਉਹਨਾਂ ਦਾ ਕੰਮ ਤਾਂ ਚੱਲਦਾ ਹੀ ਰਹੇਗਾ ਭਾਵੇਂ ਤੁਸੀਂ ਜਿੱਥੇ ਮਰਜ਼ੀ ਜਾਓ ਹਾਂਜੀ ਬਿਲਕੁਲ 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 ਸਾਡੇ ਹੱਥ 'ਚ ਕੁਛ ਨਹੀਂ ਇਹ ਤੇ ਉਹਨਾਂ ਦਾ ਫਾਰਮੂਲਾ ਹੀ ਬਿਜ਼ਨਸ ਕਰਨ ਦਾ ਫਾਰਮੂਲਾ ਹੀ ਬਹੁਤ ਵਧੀਆ ਇਹਦਾ ਮਤਲਬ ਕਿ 2 ਲੱਖ ਰੁਪਏ ਉਦਾਂ ਹੀ ਇਨਕਮ ਆ ਰਹੀ ਹੈ ਤੇ ਉਹਨਾਂ ਨੂੰ ਤੇ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਉਹ ਤੇ ਜਿੰਨੇ ਮਰਜ਼ੀ ਤੁਹਾਡੇ ਵਰਗੇ ਮਕੈਨਿਕਾਂ ਨੂੰ ਕਰ ਕਰਕੇ ਆਪਣਾ ਜਿੰਨੇ ਮਰਜ਼ੀ ਗਰਾਜ ਖੋਲ ਖਵਾਈ ਜਾਓ ਉਹਨਾਂ ਨੇ ਕੀ ਕਰਨਾ ਕੰਮ ਕਰਦੇ ਚੱਲਦਾ ਬਿਲਕੁਲ ਚੱਲਦਾ ਬਈ ਇੱਥੇ ਅਰਬੀ ਲੋਕ ਕੰਮ ਥੋੜੀ ਕਰਦੇ ਕੰਮ ਤੁਹਾਡੇ ਤੋਂ ਕਰਾ ਰਹੇ ਹਾਂ ਇਹ ਸ਼ੋਅ ਕਰ ਰਹੇ ਹਾਂਜੀ ਕੈਨੇਡਾ ਦਾ ਕੀ ਖਿਆਲ ਹੈ ਤੁਹਾਡੇ ਕੈਨੇਡਾ ਤੁਹਾਡੇ ਮਨ 'ਚ ਆ ਰਿਹਾ ਕਿ ਕੈਨੇਡਾ ਦਾ ਕੀ ਸੈੱਟ ਹੋਣਾ ਹੈ ਕੀ ਹੈ ਸਿਚੁਏਸ਼ਨ ਮੇਰੇ ਭਾਜੀ ਇੱਕ ਦਿਨ ਬੈਠੇ ਗੱਲ ਹੋਈ ਸੀ ਮੈਂ ਕਿਹਾ ਵੀ ਇੰਨੇ ਸਾਲ ਇੱਥੇ ਹੋ ਗਏ ਆ ਤੇ ਸਾਡਾ ਹਜੇ ਤੇ ਹੱਥ 'ਚ ਸਾਡੇ ਕੱਚ ਨੇ ਲੇਬਰ ਦੇ ਲੇਬਰ ਹੀ ਰਹਿ ਗਏ ਸਮਝੋ ਕਾਗਜ਼ਾਂ 'ਚ ਲੇਬਰ ਹੀ ਆ ਵਰਕਰ ਹੋਏ ਜਾਂ ਲੇਬਰ ਹੋਏ ਜਾਂ ਕੁਛ ਵਰਕਰ ਹੀ ਰਹਿ ਗਏ ਲੇਬਰ ਹੀ ਹੋ ਗਿਆ ਜੀ ਕਰੈਕਟ ਤੇ ਜੇ ਮਾਈ ਚਾ ਜਿੱਦਾਂ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਦਿਮਾਗ 'ਚ ਆਈ ਮੈਂ ਕਿਹਾ ਜੀ ਸ਼ਾਇਦ ਉੱਥੇ ਜਾ ਕੇ ਕੋਈ ਈਜ਼ੀ ਵੇ ਹੈਗਾ ਵਾ ਵੀ ਜਿੱਦਾਂ ਅਸੀਂ ਆਪਣਾ ਕੰਮ ਖੋਲ ਸਕਦੇ ਹਾਂ ਉੱਥੇ ਜਾ ਕੇ ਜਿੱਦਾਂ ਇੱਥੇ ਕੰਮ ਕਰਦੇ ਹਾਂ ਚਲੋ ਉਹਦੇ ਬਾਰੇ ਉੱਥੇ ਜੇ ਆਪਾਂ ਗਵਰਨਮੈਂਟ ਉਹਦੇ ਬਾਰੇ ਮੈਂ ਦੱਸ ਦਿੰਦਾ ਤੁਹਾਨੂੰ ਈਜ਼ੀ ਵੇ ਹੈ ਜਾਂ ਡਿਫਿਕਲਟ ਵੇ ਹੈ ਉਹਦੇ ਨਾਲ ਪਤਾ ਤੁਹਾਨੂੰ ਲੱਗ ਜਾਏਗਾ ਹੋਰ ਵੀ ਜਿਹੜੇ ਲੋਕ ਕਈ ਲੋਕ ਮੈਨੂੰ ਕਾਲ ਕਰਦੇ ਆ ਮਿਡਲ ਈਸਟ ਤੋਂ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਕੰਮ ਹੈ ਐਕਚੁਅਲੀ ਸੋ ਆਈ ਐਮ ਸ਼ੋਰ ਕਿ ਉਹ ਦੇਖ ਰਹੇ ਆ ਉਹਨਾਂ ਨੂੰ ਵੀ ਥੋੜ੍ਹਾ ਫਾਇਦਾ ਹੋਏਗਾ ਇਸ ਚੀਜ਼ ਦਾ ਕਿਉਂਕਿ ਤੁਹਾਡੇ ਕੋਲ ਨਾ ਐਕਚੁਅਲੀ ਕੁਆਲੀਫਿਕੇਸ਼ਨ ਨਹੀਂ ਹੈ ਤੁਹਾਡੇ ਕੋਲ ਕੋਈ ITI ਡਿਪਲੋਮਾ ਜਾਂ ਪੋਲੀਟੈਕਨਿਕ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ ਤੁਹਾਨੂੰ ਜੋਬ ਲੈਣ 'ਚ ਇੱਥੇ ਪ੍ਰੋਬਲਮ ਹੋਏਗੀ ਨੰਬਰ 1 ਕਿਉਂਕਿ ਅਗਰ ਜੇ ਤੁਸੀਂ ਇਲੈਕਟ੍ਰੀਸ਼ਨ ਹੋ ਆਟੋ ਮਕੈਨਿਕ ਜਾਂ ਜਿਹਨੂੰ ਕਹਿੰਦੇ ਆ ਆਟੋਮੋਟਿਵ ਅਸਿਸਟੈਂਟ ਜਾਂ ਈਵਨ ਟਾਇਰ ਚੇਂਜਰ ਵਗੈਰਾ ਇਸ ਤਰ੍ਹਾਂ ਦੀ ਜਿਹੜੀ ਕਈ ਕੈਟੇਗਰੀਆਂ ਹੈ ਇਸ ਕੈਟੇਗਰੀਆਂ ਵਿੱਚ ਤੁਹਾਨੂੰ ਜੋਬ ਮਿਲ ਜਾਏ ਇਸ ਵਕਤ ਪ੍ਰੋਬਲਮ ਹੋਏਗੀ ਕਿਉਂਕਿ ਤੁਹਾਡੀ ਇੱਕ ਐਜੂਕੇਸ਼ਨ ਨਹੀਂ ਹੈ ਹਾਂ ਐਕਸਪੀਰੀਅੰਸ ਦੇ ਬੇਸ 'ਤੇ ਸ਼ਾਇਦ ਤੁਸੀਂ ਚੈਲੇਂਜ ਕਰ ਲਓ ਐਗਜ਼ਾਮੀਨੇਸ਼ਨ ਜਿਹਨੂੰ ਅਸੀਂ ਰੈੱਡ ਸੀਲ ਕਹਿੰਦੇ ਹਾਂ ਰੈੱਡ ਸੀਲ ਮਤਲਬ ਕਿ ਇੱਕ ਓਪਨ ਇੱਕ ਲਾਇਸੈਂਸਿੰਗ ਸਿਸਟਮ ਹੈ ਆਲ ਓਵਰ ਕੈਨੇਡਾ ਤੁਸੀਂ ਕੰਮ ਕਰ ਸਕਦੇ ਹੋ ਅਗਰ ਜੇ ਐਪਲੀਕੇਸ਼ਨ ਭਰ ਕੇ ਤੁਸੀਂ ਉਸ ਚੀਜ਼ ਨੂੰ ਇੱਕ ਟੈਸਟ ਕਰਦੇ ਹੋ ਇਸ ਓਰਲ ਟੈਸਟ ਐਂਡ ਆਲਸੋ ਮੇ ਬੀ ਅ ਪ੍ਰੈਕਟੀਕਲ ਟੈਸਟ ਆਲਸੋ ਫੋਰ ਆਈ ਐਮ ਨੋਟ ਸ਼ੋਰ ਕਿ ਆਟੋਮੋਟਿਵ ਦਾ ਸ਼ਾਇਦ ਆਟੋਮੋਟਿਵ ਇਲੈਕਟ੍ਰੀਸ਼ੀਅਨ ਦਾ ਕਰਦੇ ਹੈ ਓਰਲ ਪ੍ਰੈਕਟੀਕਲ ਕਿ ਨਹੀਂ ਲੇਕਿਨ ਅਗਰ ਤੁਸੀਂ ਟੈਸਟ ਪਾਸ ਕਰ ਗਏ ਫਿਰ ਤੁਹਾਨੂੰ ਕੋਈ ਵੀ ਜੋਬ ਦੇ ਦੇਗਾ ਲੇਕਿਨ ਤੁਹਾਡੇ ਲਈ ਪ੍ਰੋਬਲਮ ਇਹ ਹੈ ਕਿ ਤੁਸੀਂ ਪਹਿਲਾਂ ਇੱਕ ਪਹਿਲਾਂ ਤਾਂ ਵਿਜ਼ਿਟ ਵੀਜ਼ਾ ਲਓ ਕੈਨੇਡਾ ਦਾ ਵਿਜ਼ਿਟ ਵੀਜ਼ਾ ਆ ਕੇ ਜਿਹੜੇ ਵੀ ਤੁਸੀਂ ਪ੍ਰੋਵਿੰਸ ਸੂਬੇ 'ਚ ਆਓਗੇ ਜਿਸ ਤਰ੍ਹਾਂ ਵੈਨਕੂਵਰ ਹੈ ਟੋਰਾਂਟੋ ਹੈ ਉਹਨਾਂ ਦੇ ਪ੍ਰੋਵਿੰਸ ਦੀ ਇੱਕ ਬੋਡੀ ਬਣੀ ਹੋਈ ਹੈ ਜਿਹਨੂੰ ਕਹਿੰਦੇ ਆ ਟ੍ਰੇਡ ਐਗਜ਼ਾਮੀਨੇਸ਼ਨ ਬੋਡੀ ਵੱਖਰੇ ਵੱਖਰੇ ਨਾਮ ਹੈ ਪਰ ਰੈੱਡ ਸੀਲ ਹੈ ਰੈੱਡ ਸੀਲ ਤੁਸੀਂ ਗੂਗਲ 'ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਵਟ ਇਜ਼ ਰੈੱਡ ਸੀਲ ਸੋ ਐਗਜ਼ਾਮੀਨੇਸ਼ਨ ਚੈਲੇਂਜ ਕਰੋਗੇ ਪਹਿਲਾਂ ਉਹ ਐਗਜ਼ਾਮੀਨੇਸ਼ਨ ਪਾਸ ਕਰ ਲਓ ਫਿਰ ਜਾ ਕੇ ਤੁਸੀਂ ਜੋਬ ਆਫਰ ਕਿਸੇ ਵੀ ਗਰਾਜ ਵਿੱਚ ਤੁਹਾਨੂੰ ਜੋਬ ਆਫਰ ਦੇ ਦੇਣਗੇ ਵਰਕ ਪਰਮਿਟ ਲੈ ਕੇ ਤੁਸੀਂ ਆਪਣਾ ਕੰਮ ਕਰੋ ਕੰਮ ਕਰਨ ਦੇ ਬਾਅਦ 1-2 ਸਾਲ ਬਾਅਦ ਡਿਪੈਂਡਿੰਗ ਔਨ ਲੋਟ ਆਫ ਫੈਕਟਰਸ ਲਾਈਕ ਇੰਗਲਿਸ਼ ਐਂਡ ਅਦਰ ਥਿੰਗਸ ਫਿਰ ਤੁਸੀਂ PR ਬਣ ਸਕਦੇ ਹੋ ਲੇਕਿਨ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਜੇਕਰ $4,000-5,000 ਅਗਰ ਤੁਹਾਡੀ ਬਚਤ ਹੋ ਰਹੀ ਹੈ ਦੇਰ ਇਜ਼ ਐਬਸੋਲੂਟਲੀ ਨੋ ਵੇ ਤੁਸੀਂ $4,000-5,000 ਤੁਸੀਂ ਕਮਾ ਸਕੋਗੇ ਜਾਂ ਸ਼ਾਇਦ ਕਮਾ ਲਓ ਲੇਕਿਨ ਬਚਤ ਨਹੀਂ ਹੋ ਸਕਦੀ ਤੁਹਾਡੀ ਕੈਨੇਡਾ ਐਟਲੀਸਟ ਫੋਰ ਦਾ ਨੈਕਸਟ 4-5 ਈਅਰਸ ਸੋ ਮੇਰਾ ਖਿਆਲ ਹੈ ਕਿ ਜੇਕਰ ਤੁਹਾਡੀ ਕਮਾਈ ਹੋ ਰਹੀ ਹੈ ਤੁਸੀਂ ਕੈਨੇਡਾ ਵਿਜ਼ਿਟ ਵੀਜ਼ਾ ਲੈ ਲਓ ਇੱਕ ਵਾਰ
ਤੇ ਆ ਕੇ ਘੁੰਮ ਫਿਰ ਕੇ ਦੇਖ ਜਾਓ ਇੱਥੇ ਆ ਕੇ ਕੀ ਸਿਸਟਮ ਹੈ, ਲੋਕਾਂ ਨੂੰ ਮਿਲੋ ਜਾ ਕੇ, ਜਿਹੜੇ ਲੋਕ ਗਰਾਜ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਜਾ ਕੇ ਮਿਲੋ, ਪਤਾ ਕਰੋ ਕਿ ਵੀ ਕੀ ਸਿਚੁਏਸ਼ਨ ਹੈ। ਅੱਜ ਕੱਲ੍ਹ ਕਰੋਨਾ ਵਾਇਰਸ ਕਰਕੇ ਸਭ ਕੁਝ ਡਾਊਨ ਹੈ, ਹਾਂਜੀ ਹਾਂਜੀ ਲੇਕਿਨ ਤੁਹਾਡਾ ਪਹਿਲਾ ਸਟੈਪ ਹੈ ਕਿ ਤੁਸੀਂ ਰੈੱਡ ਰੈੱਡ ਸੀਲ ਜਰਨੀਮੈਨ ਸਰਟੀਫਿਕੇਟ ਹੈ ਉਹ ਪਾਸ ਕਰਨਾ ਹੈ, ਉਹਦੇ ਲਈ ਤੁਹਾਡੇ ਲਈ ਕੈਨੇਡਾ ਵਿਜ਼ਿਟ ਵੀਜ਼ਾ ਲੈਣਾ ਜ਼ਰੂਰੀ ਹੈ। ਅਤੇ ਆਓਗੇ ਫਿਰ ਜਾ ਕੇ ਆਪਣੇ ਸੋ ਜੋ ਸਾਰੇ ਐਕਸਪੀਰੀਅੰਸ ਸਰਟੀਫਿਕੇਟਸ ਬਾਰੇ ਜਮ੍ਹਾਂ ਕਰੋ ਉਹਨਾਂ ਨੂੰ ਬੋਡੀ ਨੂੰ, ਅਤੇ ਫਿਰ ਉਹ ਜਦੋਂ ਅਸੈਸ ਕਰਨਗੇ। ਇਸ ਵਕਤ ਸਭ ਬੰਦ ਹੈ, ਦਿਸ ਇਜ਼ ਅ ਬੈਡ ਟਾਈਮ। ਨਹੀਂ ਹੁਣ ਕੋਈ ਗੱਲ ਨਹੀਂ, ਹੁਣ 2 ਮਹੀਨੇ 3 ਮਹੀਨੇ ਕੋਈ ਗੱਲ ਨਹੀਂ ਜੀ, ਅਕਤੂਬਰ ਨੂੰ ਅਸੀਂ 6 ਮਹੀਨੇ ਬਾਅਦ ਸੋਚਣਾ, 6 ਮਹੀਨੇ ਬਾਅਦ ਸੋਚੋ ਇਹਦੇ ਬਾਰੇ। ਸੋ ਉਹ ਫਿਰ ਜਾ ਕੇ ਤੁਸੀਂ ਜੋਬ ਲੈ ਸਕਦੇ ਹੋ। ਅਤੇ ਜੋਬ ਅਗਰ ਜੇ ਤੁਹਾਨੂੰ ਮਿਲ ਵੀ ਗਈ, ਅਗਰ ਆਟੋਮੋਟਿਵ ਅਗਰ ਅਸਿਸਟੈਂਟ ਦੀ ਕੋਈ ਜੋਬ ਵਗੈਰਾ ਇਸ ਤਰ੍ਹਾਂ ਦੀ ਕੋਈ ਮਿਲ ਵੀ ਗਈ, ਮੈਂ ਸਮਝਦਾ ਕਿ ਮੇਰੀ ਹੋ ਸਕਦਾ ਕਿ ਸ਼ਾਇਦ ਮੇਰੀ ਰਾਏ ਗਲਤ ਹੈ ਕਿਉਂਕਿ ਮੇਰਾ ਕੋਈ ਕੋਈ ਐਕਸਪਰਟੀਜ਼ ਨਹੀਂ ਹੈ ਆਟੋਮੋਟਿਵ ਫੀਲਡ ਵਿੱਚ, ਮੈਂ ਸਮਝਦਾ ਕਿ ਤੁਹਾਨੂੰ ਸ਼ਾਇਦ ਕਰੀਬ ਕਰੀਬ $17-18 ਪਰ ਆਵਰ ਜ਼ਿਆਦਾ ਮਿਲਣੇ ਨੇ। ਸੋ ਦਿਸ ਇਜ਼ ਕਲੋਜ਼ ਟੂ, ਅਗਰ ਜੇ ਵੈਨਕੂਵਰ ਵਾਲੀ ਜਗ੍ਹਾ 'ਚ ਅਗਰ ਤੁਹਾਨੂੰ ਅਗਰ $3,000-3,500 ਮਿਲ ਵੀ ਗਏ, ਤੁਹਾਨੂੰ ਕੱਟ ਕੁੱਟ ਕੇ ਸਾਰਾ ਕਰਕੇ ਮੇਰੇ ਖਿਆਲ ਹੈ ਕਿ $1,000 ਵੀ ਨਹੀਂ ਬਚਣਾ, ਜਿਹੜੀ ਬਚਤ ਹੈ ਸੇਵਿੰਗਸ ਹੈ। ਅਤੇ ਇਹ ਆਹ ਸਾਰਾ ਚੱਲੇਗਾ 2-3 ਸਾਲ ਤੱਕ, ਉਹਦੇ ਬਾਅਦ ਜਦ PR ਹੋਏਗੀ, ਕਰਦੇ 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 ਮਤਲਬ ਜਦ ਤੱਕ ਤੁਹਾਡੇ ਪੈਰ ਲੱਗਣੇ ਹੈ ਐਜ਼ ਅ ਜਰਨੀਮੈਨ ਆਟੋਮੋਟਿਵ ਟੈਕਨੀਸ਼ੀਅਨ, ਇਟ ਵਿਲ ਟੇਕ ਕਲੋਜ਼ ਟੂ ਅਬਾਊਟ 4-5 ਈਅਰਸ, ਫਿਰ ਜਾ ਕੇ ਹਾਂ $28-30 ਪਰ ਆਵਰ ਦੇ ਬੇਸ 'ਤੇ ਮਤਲਬ ਫਿਰ ਤੁਹਾਡੀ ਇਨਕਮ ਸ਼ੁਰੂ ਹੋਏਗੀ। ਐਂਡ ਵੀ ਡੋਂਟ ਨੋ ਵਟ ਦਾ ਐਕਸਪੈਂਸਿਸ ਆ, ਕਿਉਂਕਿ ਤੁਸੀਂ ਆਪਣੀ ਫੈਮਿਲੀ ਲੈ ਕੇ ਆਓਗੇ, ਐਕਸਪੈਂਸ ਵੀ ਹੋਣੇ ਆ। ਮੈਨੂੰ ਲੱਗਦਾ ਕਿ ਅਗਰ ਤੁਸੀਂ ਇੱਥੇ ਬਾਹਰੀਨ ਜਿੱਥੇ ਕੰਮ ਕਰ ਰਹੇ ਹੋ, ਅਗਰ ਜੇ $5,000 ਤੁਹਾਡੇ ਅਗਰ US ਡਾਲਰ ਬਚਣਾ ਹੈ, ਵਿਚ ਇਜ਼ ਕਲੋਜ਼ ਟੂ ਅਬਾਊਟ $6,000 ਕੈਨੇਡੀਅਨ ਡਾਲਰ, $6,000 ਕੈਨੇਡੀਅਨ, ਇੱਥੇ ਮੇਰੇ ਖਿਆਲ ਹੈ ਕਿ ਆਮ ਬੰਦੇ ਦੀ ਕਮਾਈ ਹੋ ਹੀ ਨਹੀਂ ਸਕਦੀ। ਇਸ ਹਾਂ ਕੈਨੇਡਾ ਕੰਟਰੀ ਬਹੁਤ ਸੋਹਣਾ ਹੈ, ਬਹੁਤ ਸੁੰਦਰ ਹਵਾ ਪਾਣੀ ਆਬੋ ਹਵਾ ਸਭ ਠੀਕ ਹੈ, PR ਜੇ ਹੈ ਅਤੇ ਨਿਆਰੇ ਨਿਆਰੇ ਹੈ, ਫਿਰ ਤਾਂ ਬਹੁਤ ਸਾਰੇ ਓਪਰਚੁਨਿਟੀਜ਼ ਹੈ, ਲੇਕਿਨ ਇਨੀਸ਼ਲੀ ਸਟਰਗਲ ਤਾਂ ਹੈ। ਅਤੇ ਤੁਸੀਂ ਇਹ ਸਾਰਾ ਐਕਸਪਲੋਰ ਕਰਨ ਲਈ ਪਹਿਲਾਂ ਆਪਣਾ ਕੈਨੇਡਾ ਵੀਜ਼ਾ ਲਗਵਾ ਲਓ, ਜੇ ਤਾਂ ਅਗਰ ਲੱਗਿਆ ਤਾਂ ਨਹੀਂ ਪਹਿਲਾਂ ਕੈਨੇਡਾ ਵੀਜ਼ਾ, ਅਮਰੀਕਾ ਦਾ ਵੀਜ਼ਾ ਲੱਗਿਆ ਪਹਿਲਾਂ ਕਿ ਰਿਫਿਊਜ਼ ਹੋਇਆ ਕੁਛ, ਕੋਈ ਹੈ ਤਾਂ ਨਹੀਂ ਕੋਈ? ਨਹੀਂ ਕੁਛ ਨਹੀਂ ਜੀ, ਕੁਛ ਨਹੀਂ, ਮੈਂ ਹੀ ਤਾਂ ਜਦੋਂ ਦੇ ਆਇਆ ਇੱਥੇ, ਬਸ ਪਿੰਡ ਨੂੰ ਜਾਈਦਾ ਵਾ 8-9 ਮਹੀਨੇ, 4 ਮਹੀਨੇ ਪਿੰਡ ਰਹੇ ਹੋਣੇ ਆ, 8 ਮਹੀਨੇ ਇੱਥੇ ਲਾ ਜਾਂਦੇ ਹਾਂ। ਅੱਛਾ ਅੱਛਾ, ਬਸ ਫਿਰ ਠੀਕ ਹੈ। ਹਾਂਜੀ, ਸੋ ਟਰਾਈ ਟਰਾਈ ਕਰਕੇ ਦੇਖ ਲਓ, ਹੁਣ ਇਸ ਵਕਤ ਨਾ ਟਰਾਈ ਕਰਿਓ, 6 ਮਹੀਨੇ ਬਾਅਦ ਟਰਾਈ ਕਰਿਓ ਵਿਜ਼ਿਟ ਵੀਜ਼ਾ। ਇਸ ਵਕਤ ਤੇ ਵਿਜ਼ਿਟ ਵੀਜ਼ਾ ਦੇਣਾ ਨਹੀਂ ਉਹਨਾਂ ਨੇ ਕਿਸੇ ਨੂੰ, ਮੇਰੇ ਖਿਆਲ ਤੁਸੀਂ ਅਪਲਾਈ ਵੀ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਜਿਹੜਾ ਉਹ ਪਰਪਜ਼, ਉਹ ਐਸੈਂਸ਼ੀਅਲ ਪਰਪਜ਼ ਨਹੀਂ ਹੈ। ਹਾਂਜੀ, ਨਹੀਂ ਇੱਕ ਤਾਂ ਭਾਅ ਜੀ ਮੈਨੂੰ ਇਹ ਦੱਸਿਓ, ਜਿੱਦਾਂ ਨਹੀਂ ਜਿਹੜਾ ਆਪਣਾ ਇੱਥੇ ਤਾਂ ਜਿੱਦਾਂ CPR ਜਿਹੜਾ ਬਣਦਾ ਵਾ, ਸੈਂਟਰਲ ਪਾਪੂਲੇਸ਼ਨ ਜਿਹੜਾ ਰਜਿਸਟਰ ਇੱਕ ਹੁੰਦਾ ਵਾ, ਕਾਰਡ ਆ ਇੱਥੇ ਦਾ, ਉਸ ਕਾਰਡ ਦੇ ਉੱਤੇ ਤਾਂ ਮੇਰਾ ਮਕੈਨਿਕ ਲਿਖਿਆ ਹੋਇਆ ਵਾ। ਹਾਂ, ਉਹ ਪੇਪਰ ਇੱਥੇ ਕੰਮ ਦੇ ਜੂਗਾ। ਤੁਸੀਂ ਅਗਰ ਵਿਜ਼ਿਟ ਵੀਜ਼ਾ ਲੈ ਰਹੇ ਹੋ ਨਾ, ਵਿਜ਼ਿਟ ਵੀਜ਼ਾ ਲਈ ਤਾਂ ਫਿਰ ਤੁਹਾਡੀ ਉਹਨਾਂ ਨੇ ਸਿਰਫ ਦੇ, ਤੁਸੀਂ ਮਕੈਨਿਕ ਹੋ ਜਾਂ ਕੋਈ ਹੋਰ ਕੋਈ ਪੋਜੀਸ਼ਨ ਹੈ, ਇਟ ਹਾਰਡਲੀ ਮੈਟਰਸ। ਵਿਜ਼ਿਟ ਵੀਜ਼ਾ ਲਈ ਤੁਹਾਡੇ ਜਿਹੜਾ ਉਹਨਾਂ ਨੇ ਪਰਪਸ ਦੇਖਣਾ ਹੈ, ਕਿੱਥੇ ਚੱਲੇ ਹੋ, ਕਿੰਨੇ ਪੈਸੇ ਹੈ, ਕਿੰਨੇ ਦਿਨ ਬਾਅਦ ਮੁੜੋਗੇ, ਇਹ ਗੱਲਾਂ ਦੇਖਣੀਆਂ ਉਹਨਾਂ ਨੇ। ਬਾਕੀ ਤੁਹਾਡੇ ਜਿਹੜੇ ਇਨਕਮ ਪਰੂਫ ਚੱਲਣੇ ਆ, ਇਨਕਮ ਜੋ ਵੀ ਤੁਹਾਡੀ ਇਨਕਮ ਹੋ ਰਹੀ ਹੈ, ਬਿਜ਼ਨਸ ਜੋ ਵੀ ਤੁਹਾਡੇ ਜਿਹੜੇ ਕਾਗਜ਼ ਹੈ ਬਾਰੀ ਦੇ, ਉਹ ਦੇਖਣੇ ਆ, ਅਤੇ ਬੈਂਕ ਸਟੇਟਮੈਂਟ ਦੇਖਣੀ ਹੈ। ਇਟ ਡਜ਼ ਨੋਟ ਮੈਟਰ ਕਿ ਵੈਦਰ ਯੂ ਆਰ ਮਕੈਨਿਕ ਆਰ ਨੋਟ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜੋ ਵੀ ਕੁਝ ਲਿਖਿਆ। ਠੀਕ ਹੈ ਸਰ, ਠੀਕ ਹੈ, ਬਸ ਅਤੇ ਬਾਕੀ ਤਾਂ ਸਾਰਾ ਠੀਕ ਠਾਕ ਹੀ ਆ ਜੀ। ਬਸ ਹਾਂ, ਮੇਰੇ ਜਾਣੀ ਵਿਚਾਰ ਮੜਿਆ ਸੀ, ਮੈਂ ਕਿਹਾ ਨਾਲ ਭਾਅ ਜੀ ਉਹਨਾਂ ਨਾਲ ਗੱਲ ਕਰਦੇ ਹਾਂ, ਨਾਲੇ ਚਲੋ ਕੋਈ ਗੱਲ ਦਾ। ਬਾਕੀ ਆਪਣਾ ਆਫਿਸ ਕਿੱਥੇ ਆ, ਐਡਮਿੰਟਨ 'ਚ? ਐਡਮਿੰਟਨ, ਹਾਂਜੀ ਹਾਂਜੀ। ਅੱਛਾ ਜੀ, ਤੁਹਾਨੂੰ ਤੇ ਜੀ ਮੈਂ ਤੁਹਾਨੂੰ ਪਤਾ ਐਡਮਿੰਟਨ ਦੇ ਬਾਰੇ, ਤੁਸੀਂ ਸੁਣਿਆ ਐਡਮਿੰਟਨ, ਕਿੱਦਾਂ ਪਤਾ ਐਡਮਿੰਟਨ ਬਾਰੇ? ਐਡਮਿੰਟਨ ਜੀ ਮੇਰੇ ਉੱਥੇ ਦੋਸਤ ਰਹਿੰਦੇ ਆ ਜੀ, ਐਡਮਿੰਟਨ ਵੀ ਰਹਿੰਦੇ ਆ, ਮਿਸਿਸ ਸਾਗਰ ਵੀ ਟੋਰਾਂਟੋ ਵੀ ਰਹਿੰਦੇ ਆ। ਅੱਛਾ 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 ਅੱਛਾ, ਸਾਡੇ ਪਿੰਡ ਦੇ ਬੰਦੇ ਵੀ ਰਹਿੰਦੇ ਆ ਜੀ। ਅੱਛਾ ਅੱਛਾ, ਬਸ ਠੀਕ ਹੈ, ਉਹ ਵੀ ਇਸੇ ਲਾਈਨ ਵਿੱਚ ਹੈ ਕਨੈਕਟਡ? ਨਹੀਂ, ਉਹ ਮੁੰਡਾ ਜਿਹੜਾ ਸਾਡੇ ਗਵਾਂਢੀ ਹੈਗਾ ਜੀ, ਸਾਡੇ ਮਤਲਬ ਜਿੱਥੇ ਅਸੀਂ ਸਾਡਾ ਪਿੰਡ ਆ ਨਾ, ਨਾਲ ਹੀ ਘਰ ਆ ਉਹਨਾਂ ਦਾ, ਤੇ ਉਹ ਰਹਿੰਦੇ ਆ ਆਪਣਾ ਮਿਸਿਸ ਸਾਗਰ ਰਹਿੰਦੇ ਆ। ਅੱਛਾ ਅੱਛਾ ਅੱਛਾ, ਠੀਕ ਹੈ। ਹਾਂ ਜੀ, ਸੋ ਚਲੋ ਕੋਈ ਚੱਕਰ ਨਹੀਂ, ਜਿਹੜੇ ਜਿੱਥੇ ਮਰਜ਼ੀ ਜਾਓ ਤੁਸੀਂ ਆਲ ਓਵਰ ਕੈਨੇਡਾ, ਇਹ ਸਾਡਾ ਸਿਸਟਮ ਹੁੰਦਾ ਹੈ ਜਿਸ ਤਰ੍ਹਾਂ ਸਟੇਟ ਵਾਈਜ਼ ਹੁੰਦਾ ਸਾਡਾ, ਜਿਸ ਤਰ੍ਹਾਂ ਪੰਜਾਬ, ਮਹਾਰਾਸ਼ਟਰ, ਗੁਜਰਾਤ ਵਗੈਰਾ, ਜਿਸ ਤਰ੍ਹਾਂ ਸਾਡਾ ਵੀ ਸਿਸਟਮ ਹੁੰਦਾ ਹੈ, BC, ਓਨਟਾਰੀਓ, ਮੈਨੀਟੋਬਾ, ਇਸ ਤਰ੍ਹਾਂ। ਸੋ ਹਰੇਕ ਇੱਕ ਪ੍ਰੋਵਿੰਸ ਦੇ, ਹਰੇਕ ਸੂਬੇ ਦੇ ਇੱਕ ਵੱਖਰੇ ਇੱਕ ਬੋਡੀ ਹੈ ਜੋ ਇਗਜ਼ਾਮ ਲਏਗੀ। ਸੋ ਫਰਜ਼ ਕਰੋ ਤੁਸੀਂ ਅਗਰ BC ਹੈ ਤਾਂ BC ਦੀ ਸੈਪਰੇਟ ਹੈ, ਮਿਸਾਗਾ ਦੀ ਜਿਹੜੀ ਓਨਟਾਰੀਓ ਵਾਲੀ ਉਹਨਾਂ ਦੀ ਸੈਪਰੇਟ ਹੈ।
ਉਹ ਫਿਰ ਉਹਨਾਂ ਦੇ ਅੱਛਾ ਤੁਸੀਂ ਜੀ ਪਹਿਲਾਂ ਉਹਨਾਂ ਦੇ ਗੂਗਲ ਤੇ ਜਾ ਕੇ ਉਹਨਾਂ ਦੇ ਜਿਹੜੇ ਫਾਰਮਸ ਪੇਪਰ ਵਰਕ ਵਾਲਾ ਦੇਖ ਲਓ, ਫਾਰਮਸ ਤੁਸੀਂ ਹੁਣ ਬਾਹਰੀ ਤੇ ਬੈਠੇ ਬੈਠੇ ਹੀ ਤੁਸੀਂ ਭਰ ਸਕਦੇ ਹੋ, ਉਹਨਾਂ ਨੂੰ ਸਬਮਿਟ ਕਰ ਸਕਦੇ ਹੋ ਜੀ ਇਫ ਇਫ ਦੇ ਆਰ ਓਪਨ, ਵਿਚ ਆਈ ਡੋਨਟ ਨੋ, ਅਗਰ ਉਹ ਮੇਰੇ ਖਿਆਲ ਆਫਿਸ ਬੰਦ ਨਾ ਹੋ ਕਰ ਗਿਆ ਹੁਣ ਸ਼ਾਇਦ ਕੁਛ ਮਹੀਨੇ ਲਈ, ਸੋ ਉੱਥੋਂ ਹੀ ਤੁਸੀਂ ਭਰ ਕੇ, ਮੇਰੇ ਕੋਲ ਕਈ ਐਗਜ਼ਾਮਪਲ ਹੈ, ਮੈਂ ਯੂਟਿਊਬ ਤੇ ਵੀਡੀਓ ਤੇ ਵੀ ਮੈਂ ਕੁਛ ਰੈੱਡ ਸੀਲ ਬਾਰੇ ਕੁਛ ਸਕਸੈਸ ਸਟੋਰੀ ਵੀ ਪਾਈ ਹੋਈ ਹੈ। ਇੱਕ ਮੇਰੇ ਕੋਲ ਮੁੰਡਾ ਹੈ ਐਕਚੁਲੀ, ਉਹ ਵੀ ਆਟੋਮੋਟਿਵ ਮਕੈਨਿਕ ਹੀ ਹੈ ਫਰੋਮ ਲੁਧਿਆਣਾ, ਉਹਦਾ ਮੇਰੇ ਖਿਆਲ ਹੈ ਕਿ 2 ਮਹੀਨੇ ਪਹਿਲਾਂ ਵੀਜ਼ਾ ਵੀ ਲੱਗਿਆ ਹੈ ਇੰਡੀਆ ਤੋਂ, ਮਤਲਬ ਉਹ ਅੱਛਾ ਜੀ ਟੂਰਿਸਟ ਵੀਜ਼ਾ ਇਸ਼ੂ ਹੋਇਆ ਹੈ, ਬਹੁਤ ਤਕੜੀ ਉੱਥੇ ਮਕੈਨਿਕ ਹੈ, ਕਈ ਸਾਲ ਤੋਂ ਕੰਮ ਕਰ ਰਿਹਾ ਲੁਧਿਆਣੇ, ਉਹ ਐਕਚੁਲੀ ਉਹ ਆਈ ਐਮ ਫੋਰਗੇਟਿੰਗ ਇਸ, ਪਤਾ ਨਹੀਂ ਕਿ ਹੈਰਫੋਰਡ ਡੀਲਰਸ਼ਿਪ ਵਿੱਚ ਕੰਮ ਕਰ ਰਿਹਾ ਕਾਫੀ ਸਾਲ ਤੋਂ, ਉਹਨਾਂ ਨੂੰ ਵੀਜ਼ਾ ਗ੍ਰਾਂਟ ਹੋ ਚੁੱਕਿਆ ਲੇਕਿਨ ਉਹ ਕਰੋਨਾ ਵਾਇਰਸ ਕਰਕੇ ਉਹ ਟ੍ਰਿਪ ਨਹੀਂ ਲਈ, ਜਿਸ ਜਿੱਦਾਂ ਖੁੱਲਦਾ ਉਹ ਆਏਗਾ, ਤੇ ਉਹਨਾਂ ਨੇ ਫਾਈਲ ਕੀਤਾ ਸੀ ਸੈਸਕੈਚੁਆਨ, ਸੈਸਕੈਚੁਆਨ ਅੱਛਾ ਜੀ ਇੱਕ ਪ੍ਰੋਵਿੰਸ ਹੈ, ਉੱਥੇ ਉਹਨਾਂ ਨੇ ਰੈੱਡ ਸੀਲ ਦਾ ਐਗਜ਼ਾਮ ਦੇਣਾ ਹੈ, ਸੋ ਇਸ ਕਰਕੇ ਬਸ ਉਹਨਾਂ ਦਾ ਵੀ ਪਲਾਨ ਇਸ ਤਰ੍ਹਾਂ ਸੀ ਕਿ ਰੈੱਡ ਸੀਲ ਐਗਜ਼ਾਮ ਦੇਣ ਦੇ ਬਾਅਦ ਫਿਰ ਨੌਕਰੀ ਮਿਲ ਜਾਏਗੀ, ਉਹਦੇ ਬਾਅਦ ਉਹਨਾਂ ਨੇ PR ਅਪਲਾਈ ਕਰਨੀ ਸੀ, ਤੁਸੀਂ ਵੀ ਕਰ ਸਕਦੇ ਹੋ। ਬਾਕੀ ਮੇਰਾ ਖਿਆਲ ਹੈ ਕਿ ਸਾਰਾ ਸਟੈਪ ਕਰਨ ਤੋਂ ਪਹਿਲਾਂ ਇੱਕ ਵਾਰ ਦੇਖ ਜਾਓ, ਪਹਿਲਾਂ ਸਰਵੇ ਕਰ ਜਾਓ ਜਦ ਵੀ ਤੁਹਾਡਾ ਇਹ ਵੀਜ਼ਾ ਲੱਗਦਾ। ਮੈਂ ਆਉਣਾ ਤੇ ਮੈਂ ਤੁਹਾਨੂੰ ਪਹਿਲਾਂ ਮਿਲਣਾ ਜੀ, ਮੈਂ ਪਹਿਲਾਂ ਹੋਰ ਕਿਸੇ ਬੰਦੇ ਨਹੀਂ ਜਾਣਾ ਕੰਮ, ਜੇ ਤੁਸੀਂ ਜਦੋਂ ਕਰਨਾ ਤੇ ਤੁਸੀਂ ਕਰਿਓ, ਨਾ ਹੋ ਤੇ ਮੈਂ ਘੁੰਮ ਕੇ ਆ ਜਾਊਗਾ। ਕੋਈ ਗੱਲ ਨਹੀਂ, ਕਦੋਂ ਮਰਜ਼ੀ ਆਓ, ਆਈ ਐਮ ਇਨ ਐਡਮਿੰਟਨ, ਤੇ ਮੈਜੋਰਿਟੀ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਉਤਰਦੇ ਆ ਵੈਨਕੂਵਰ ਹੈ ਟੋਰਾਂਟੋ, ਫਿਰ ਉੱਥੋਂ ਵੈਨਕੂਵਰ ਤੋਂ 1 ਘੰਟੇ ਦੀ ਫਲਾਈਟ ਹੈ, ਟੋਰਾਂਟੋ ਤੋਂ 4 ਘੰਟੇ ਦੀ ਫਲਾਈਟ ਹੈ, ਐਡਮਿੰਟਨ ਕੈਪੀਟਲ ਹੈ ਅਲਬਰਟਾ ਪ੍ਰੋਵਿੰਸ ਦਾ, ਗੂਗਲ ਤੇ ਟਾਈਪ ਕਰਕੇ ਦੇਖ ਸਕਦੇ ਹੋ। ਯਾਨੀ ਏਅਰਪੋਰਟ ਅਲਬਰਟਾ, ਅਲਬਰਟਾ ਪ੍ਰੋਵਿੰਸ ਹੈ, ਪ੍ਰੋਵਿੰਸ ਮਤਲਬ ਸਾਡਾ ਸੂਬਾ ਹੈ, ਉਸ ਸੂਬੇ ਦੀ ਜਿਹੜੀ ਕੈਪੀਟਲ ਹੈ ਉਹ ਸ਼ਹਿਰ ਹੈ ਐਡਮਿੰਟਨ ਜਿੱਥੇ ਮੈਂ ਹਾਂ। ਠੀਕ ਹੈ ਸਰ, ਠੀਕ ਹੈ, ਠੀਕ ਹੈ। ਸੋ ਹੋਰ ਕੋਈ ਸਵਾਲ ਕੋਈ? ਹਾਂਜੀ ਇੱਕ ਸਵਾਲ ਰਹਿ ਗਿਆ ਜੀ, ਇਹ ਜਿਹੜਾ ਆਪਣਾ ਇਹ ਨੰਬਰ ਵਾ, ਇਹ ਆਪਣਾ ਡਾਇਰੈਕਟ ਚੱਲੂਗਾ ਉੱਥੇ ਵੀ ਜਦੋਂ ਆਏ? ਮੇਰਾ ਨੰਬਰ? ਹਾਂਜੀ ਇਹ ਤੇ ਤੁਸੀਂ ਮੈਨੂੰ ਸਕਾਈਪ ਤੇ ਕਾਲ ਕਰ ਰਹੇ ਹੋ ਨਾ, ਸਕਾਈਪ ਤੇ ਸਾਰੇ ਜਿੱਥੋਂ ਮਰਜ਼ੀ ਆਲ ਓਵਰ ਵਰਲਡ ਤੁਸੀਂ ਸਕਾਈਪ ਤੇ ਕਨੈਕਟਡ ਹੋ ਸਕਦੇ ਹੋ। ਬਾਕੀ ਮੇਰਾ ਨੰਬਰ, ਮੇਰਾ ਨੰਬਰ ਜਿਹੜਾ ਹੈ ਮੇਰਾ ਯੂਟਿਊਬ ਤੇ ਨੰਬਰ ਦਿੱਤਾ ਹੋਇਆ, ਉਹ ਤੇ ਜਿੱਥੋਂ ਮਰਜ਼ੀ ਕਾਲ ਕਰੋ, ਭਾਵੇਂ ਤੁਸੀਂ ਮਿਡਲ ਈਸਟ ਤੋਂ ਕਾਲ ਕਰੋ, ਇੰਡੀਆ ਤੋਂ ਕਾਲ ਕਰੋ, ਜਾਂ ਵਿਦਿਨ ਕੈਨੇਡਾ ਕਾਲ ਕਰੋ, ਮੇਰਾ ਨੰਬਰ ਪਿਛਲੇ ਕਰੀਬ 15 ਸਾਲ ਤੋਂ ਉਹੀ ਚੱਲ ਰਿਹਾ ਹੈ। ਠੀਕ ਹੈ ਸਰ, ਠੀਕ ਹੈ। ਬਸ ਮੈਂ ਬਸ ਇਹੋ ਜੀ ਇੱਕ ਗੱਲ ਹੋਰ ਹੈਗੀ ਜੀ, ਵੀ ਜਾਣੀ ਬੋਲੋ ਬੋਲੋ, ਤੁਹਾਨੂੰ ਵੀ ਯਾਨੀ ਉਮਰ ਵੀ ਹੁਣ 53 ਦੀ ਹੋ ਗਈ ਹੈ ਜੀ, ਤੇ ਹਾਂਜੀ ਤੇ ਉਹਦਾ ਤੇ ਚਲੋ ਮਹਾਰਾਜ ਦੀ ਕਿਰਪਾ, ਇੰਡੀਆ ਵੀ ਬਹੁਤ ਜਾਇਦਾਦ ਇੱਥੋਂ ਪੈਸੇ ਕਮਾ ਕੇ ਬਣਾਈ ਆ, ਚਲੋ ਮੁਸ਼ਕਲ ਤਾਂ ਕੋਈ ਹੈ ਨਹੀਂ ਹੁਣ, ਤੇ ਇੱਕ ਮਨ ਚ ਸ਼ੌਕ ਹੀ ਆ ਵੀ ਇੱਥੇ ਮੈਂ ਚਲੋ ਗੇੜਾ ਕੱਢਦੇ ਜੀ, ਫਿਰ ਗੇੜਾ ਕੱਢ ਕੇ ਜੇ ਕੈਨੇਡਾ ਵਾਲਿਆਂ ਚਾਹਿਆ ਤੇ ਵੀਜ਼ਾ ਦੇ ਦੇਣਗੇ ਤੇ ਫਿਰ ਤੁਹਾਡੇ ਕੋਲ ਮਿਲ ਜਾਊਂਗਾ ਤੁਹਾਨੂੰ ਮੈਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਸ ਤੋਂ ਪਹਿਲਾਂ ਇਹ ਸਾਨੂੰ ਸਾਨੂੰ ਇਹ ਨਹੀਂ ਪਤਾ ਨਾ ਕਿ ਤੁਹਾਨੂੰ ਵੀ ਇਹ ਨਹੀਂ ਪਤਾ ਨਾ ਕਿ ਕੈਨੇਡਾ ਨੇ ਤੁਹਾਨੂੰ ਵਿਜ਼ਿਟ ਵੀਜ਼ਾ ਦੇਣਾ ਨਹੀਂ ਦੇਣਾ, ਵੀ ਡੋਂਟ ਨੋਟ ਨੋ, ਕਿਉਂਕਿ ਤੁਹਾਡੀ ਟਰੈਵਲ ਹਿਸਟਰੀ ਹੈ ਨਹੀਂ ਹੈ। ਜਿਹੜੀ ਮੇਜਰ ਕੰਟਰੀਜ਼ ਹੁੰਦੀਆਂ ਜਿਸ ਤਰ੍ਹਾਂ ਅਮਰੀਕਾ ਹੈ, ਕੈਨੇਡਾ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਟੌਪ ਦੀ ਮੇਜਰ ਕੰਟਰੀਜ਼ ਹੈ। ਅਗਰ ਤੁਹਾਨੂੰ ਕਿਸੇ ਵੀ ਕੰਟਰੀ ਦਾ ਅਗਰ ਆਲਰੇਡੀ ਵੀਜ਼ਾ ਮਿਲ ਚੁੱਕਿਆ ਪਹਿਲਾਂ ਤਾਂ ਤੁਸੀਂ ਟਰੈਵਲ ਕਰ ਚੁੱਕੇ ਹੋ, ਅਤੇ ਫਿਰ ਦੂਸਰੀ ਕੰਟਰੀ ਦਾ ਇੱਕ ਕੌਨਫੀਡੈਂਸ ਬਣ ਜਾਂਦਾ ਕਿ ਹਾਂ ਵੀ ਬੰਦਾ ਮੁੜ ਕੇ ਆਏਗਾ। ਜੇ ਪਹਿਲੀ ਪਹਿਲੀ ਵਾਰ ਅਗਰ ਕੈਨੇਡਾ ਅਮਰੀਕਾ ਕੋਈ ਅਪਲਾਈ ਕਰ ਰਿਹਾ ਹੈ ਤਾਂ ਤੁਸੀਂ ਮੰਨ ਕੇ ਚੱਲੋ ਕਿ ਪਹਿਲਾਂ ਓਬਜੈਕਸ਼ਨ ਕਰਦੇ ਹਾਂ, ਕਨਫਿਊਜ਼ਨ ਹੁੰਦੀ ਕਿ ਪਤਾ ਨਹੀਂ ਬੰਦਾ ਮੁੜੇਗਾ ਨਹੀਂ ਮੁੜੇਗਾ, ਇਹ ਇੱਥੇ ਕੰਮ ਕਰ ਰਿਹਾ ਮਕੈਨਿਕ ਜਿੱਦਾਂ ਮਕੈਨਿਕ ਸ਼ੋ ਕੀਤਾ ਹੈ, ਅਤੇ ਡੈਫੀਨੇਟਲੀ ਇੱਕ 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 ਅਪਰੂਵਲ ਰੇਟ ਥੋੜ੍ਹਾ ਜਿਹਾ ਘੱਟ ਅਪਰੂਵਲ ਰੇਟ ਹੈ ਮਿਡਲ ਈਸਟ ਤੋਂ, ਚਾਹੇ ਡਿਸਕਵਰਡ। ਹਾਂਜੀ ਹਾਂਜੀ ਹਾਂਜੀ। ਅਗਰ ਜੇ ਹੋਰ ਕੋਈ ਕੰਟਰੀ ਦਾ ਤੁਸੀਂ ਪਹਿਲਾਂ ਅਗਰ ਆਪਣੀ ਟਰੈਵਲ ਹਿਸਟਰੀ ਇੰਪਰੂਵ ਕਰ ਲਓਗੇ ਵਧੀਆ ਰਹੇਗਾ, ਤੁਸੀਂ ਜਾ ਕੇ ਕਿਤੇ ਯੂਰਪ ਘੁੰਮਾਓ, ਜਿਹੜਾ ਸ਼ੈਂਗਨ ਵੀਜ਼ਾ ਜਿਸ ਤਰ੍ਹਾਂ ਸਵਿਟਜ਼ਰਲੈਂਡ, ਜਰਮਨੀ, ਇੰਗਲੈਂਡ ਵਗੈਰਾ ਸਾਰਾ, ਹਾਂਜੀ ਕਿਸੇ ਵੀ ਕੰਟਰੀ ਦਾ ਤੁਸੀਂ ਇੱਕ ਵਾਰ ਜੇ ਵੀਜ਼ਾ ਤੁਹਾਡਾ ਲੱਗ ਗਿਆ ਤਾਂ ਜਾ ਕੇ ਤੁਸੀਂ ਮੁੜ ਕੇ ਆ ਜਾਓਗੇ, ਇਟ ਵਿਲ ਬੀ ਬੈਟਰ ਫੋਰ ਫੋਰ ਕੈਨੇਡਾ ਐਂਡ US। ਪਰ ਇਹ ਸਾਰਾ ਕਿਉਂਕਿ ਕਰੋਨਾ ਵਾਇਰਸ ਕਰਕੇ ਸਾਰਾ ਹੀ ਹੁਣ ਇਸ ਵਕਤ ਤੇ ਸਾਰਾ ਹੀ ਐਵੀਏਸ਼ਨ ਡਾਊਨ ਹੈ, ਸੋ ਇਹ ਸਾਰਾ ਕੰਮ ਕਰਨਾ 6 ਮਹੀਨੇ ਬਾਅਦ। ਕੋਈ ਨਹੀਂ ਰੁਕ ਜਾਂਦੇ ਜੀ, 3-4 ਮਹੀਨੇ ਤੇ ਸਾਡਾ ਸੀਜ਼ਨ ਚੱਲਦਾ, ਹੁਣ ਤਾਂ ਅਸੀਂ ਜਾ ਹੀ ਨਹੀਂ ਸਕਦੇ ਕਿਸੇ ਬੰਨੇ ਜੀ। ਹਾਂਜੀ ਹਾਂਜੀ, ਅਕਤੂਬਰ ਨਵੰਬਰ, ਅਕਤੂਬਰ 'ਚ ਅਸੀਂ ਮਤਲਬ ਸਤੰਬਰ ਤੋਂ ਅਤੇ ਅਕਤੂਬਰ 'ਚੋਂ ਫਿਰ ਸਾਡਾ ਕੰਮ ਘੱਟ ਜਾਂਦਾ, ਫਿਰ ਅਸੀਂ ਇੰਡੀਆ ਨੂੰ ਤਿਆਰੀ ਕਰਦੇ ਹਾਂ, ਅਤੇ ਹੁਣ ਇੱਧਰ ਨੂੰ ਮੈਂ ਅਪਲਾਈ ਕਰੂੰਗਾ ਅਤੇ ਵੀਜ਼ਾ ਲੈ ਕੇ ਤੇ ਮੈਂ ਇੱਧਰ ਨੂੰ ਆ ਜਾਊਂਗਾ। ਪਰ ਮੈਂ ਆਖਰੀ ਗੱਲ ਤੁਹਾਨੂੰ ਮੈਂ ਸਰਵੇ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਤੁਹਾਡੇ ਜਿਹੜੇ ਦੋਸਤ ਮਿੱਤਰ ਯਾਰ ਹੈ ਜਿਹੜੇ ਤੁਸੀਂ ਕਿਹਾ ਉੱਥੇ ਰਹਿ ਰਹੇ, ਮਿਸਿਸਾਗਾ ਇੱਕ ਦੂਸਰਾ ਜਿੱਥੇ ਵੀ ਰਹਿ ਰਹੇ ਹੈ, ਤੁਸੀਂ ਉਹਨਾਂ ਤੋਂ ਪਤਾ ਕਰ ਲੈਣਾ ਕਿ ਵੀ $5,000 $6,000 ਇਸ ਕੰਟਰੀ ਵਿੱਚ ਕਮਾ ਕੇ ਸੇਵ ਕਰਨਾ ਬਹੁਤ ਵੱਡੀ ਚੀਜ਼ ਹੈ।
ਬਹੁਤ ਵੱਡੀ ਇੱਕ ਇੱਕ ਅਚੀਵਮੈਂਟ ਹੈ ਕਿ ਅਗਰ ਜੋ ਵੀ ਇੱਕ ਇੱਕ ਵਰਕਰ ਦੀ ਲੈਵਲ ਦੀ ਗੱਲ ਕਰਨਾ, ਬਿਜ਼ਨਸਮੈਨ ਨਹੀਂ, ਇੱਕ ਜਿਹੜਾ ਵਰਕਰ ਹੈ ਆਪਣੇ ਪਰਿਵਾਰ ਨਾਲ ਰਹਿ ਰਿਹਾ, ਜਿਸ ਤਰ੍ਹਾਂ ਹਸਬੈਂਡ ਵਾਈਫ, ਅਗਰ ਜੇ ਉਹਨਾਂ ਦੇ ਇੱਕ ਜਾਂ ਦੋ ਬੱਚੇ ਵੀ ਹੈ, ਅਤੇ ਸਾਰੀ ਕਮਾਈ ਕਰਨ ਦੇ ਬਾਅਦ ਅਗਰ 5 ਜਾਂ 6 ਹਜ਼ਾਰ ਡਾਲਰ ਉਹਨੂੰ ਸਾਰਾ ਖਰਚੇ ਕੱਢ ਕੇ ਅਗਰ ਜੇ ਬੱਚਤ ਹੋ ਰਹੀ ਹੈ, ਇਟ ਇਜ਼ ਵੈਰੀ ਵੈਰੀ ਰੇਅਰ, ਮੀਨਸ ਇਟਸ ਨਾਟ ਵੈਰੀ ਈਜ਼ੀ। ਬਾਕੀ ਤੁਸੀਂ ਆਓਗੇ, ਤੁਸੀਂ ਆਪ ਦੇਖ ਕੇ ਤੁਸੀਂ ਆਪਣੇ ਸਰਵੇ ਕਰ ਲੈਣਾ, ਫਿਰ ਦੇਖਣਾ ਕਿ ਵੀ ਤੁਸੀਂ ਇੱਥੇ ਰਹਿਣਾ ਵੀ ਹੈ ਕਿ ਨਹੀਂ, ਕਿ ਉੱਥੇ ਜਾ ਕੇ ਕਮਾ ਕੇ ਆਪਣਾ ਫਿਰ ਇੰਡੀਆ ਲੈ ਜਾਓ ਆਪਣਾ ਸਾਰਾ ਪੈਸਾ। ਹਾਂਜੀ, ਪਰ ਇਹ ਗੱਲ ਭਾਜੀ, ਪਰ ਇੱਥੇ ਇੱਕ ਗੱਲ ਵੀ, ਅਸੀਂ ਜਿੱਦਾਂ ਬੜੀ ਮੌਜ ਆ, ਬਹੁਤ ਜ਼ਿਆਦਾ ਮੌਜ ਆ। ਸਰ ਜੀ, ਅਗਰ ਜੇ ਮੌਜ ਹੈ, ਮੈਂ ਐਕਚੁਅਲੀ ਦੁਬਈ ਇੱਕ ਦੋ ਵਾਰ ਆਇਆ, ਮੈਂ ਦੇਖਿਆ ਵੈਸੇ ਕਿ ਜਿਹਨਾਂ ਕੋਲ ਪੈਸਾ ਹੈ ਅਤੇ ਕਾਫੀ ਉਹ ਮੌਜ ਮਸਤੀ ਕਰਦੇ ਆ, ਪਰ ਆਈ ਹੈਵ ਨੋਟ ਬੀਨ ਟੂ ਬਾਹਰੀਨ। ਪਰ ਦੇਖੋ, ਗੱਲ ਤਾਂ ਮੌਜ ਮਸਤੀ ਹੁੰਦੀ ਹੈ ਪੈਸੇ ਨਾਲ। ਜਿੰਨੇ ਵੀ ਕੈਨੇਡਾ ਵਿੱਚ ਵਰਕਰ ਰਹਿ ਰਹੇ ਹੈ, ਭਾਵੇਂ ਉਹ PR ਬਣ ਗਏ ਨਹੀਂ ਕਰ ਗਏ, ਇਹ ਹਰੇਕ ਇਨਸਾਨ ਦੇ ਕੋਲ ਪੈਸਾ ਨਹੀਂ ਹੈ। ਇੱਥੇ ਦੂਰੋਂ ਜਿਹੜਾ ਤੁਹਾਨੂੰ ਦਿਸਦਾ ਨਾ ਕਿ ਅਮੈਰੀਕਾ ਕੈਨੇਡਾ ਲੋਕ ਬੈਠੇ ਆ, ਕਾਫੀ ਬਹੁਤ ਹੀ ਵੱਡੀ ਵੱਡੀ ਘਰਾਂ 'ਚ ਬੈਠੇ ਆ ਜੀ, ਕਾਰ ਚਲਾ ਰਹੇ ਜੀ, ਆਹ ਕਰ ਰਹੇ ਜੀ, ਵਕੇਸ਼ਨ ਇਹ ਵੋ ਫਲਾਣਾ ਢਿਮਕਾਣਾ, ਗ੍ਰਾਸ ਇਜ ਆਲਵੇਜ਼ ਗ੍ਰੀਨਰ। ਇਹ ਜਿਹੜਾ ਦੂਰੋਂ ਜਿਹੜਾ ਲਿਸ਼ਕ ਮਾਰਦਾ ਨਾ, ਉਹ ਸੋਨਾ ਨਹੀਂ ਹੁੰਦਾ। ਤੁਸੀਂ ਕਿਸ ਨਾਲ ਗੱਲ ਕਰੋਗੇ ਨਾ, ਕਿਸੇ ਵੀ ਵਰਕਰ ਨਾਲ ਜਿਹੜੇ ਤੁਹਾਡੇ ਵਾਕਿਫ ਹੈ, ਲੋਕ ਆਪਣੀ ਸੱਚਾਈ ਅਸਲੀਅਤ ਨਹੀਂ ਦੱਸਦੇ, ਲੋਕੀ ਕਿੰਨੇ ਸਟ੍ਰੈਸ ਵਿੱਚ ਰਹਿ ਰਹੇ ਹੈ, ਇਨਕਮ ਨਹੀਂ ਹੈ ਉਹਨਾਂ ਕੋਲ, ਅਤੇ ਕਿਸ ਤਰ੍ਹਾਂ ਉਹ ਆਪਣਾ ਘਰ ਦਾ ਖਰਚਾ ਚਲਾ ਰਹੇ, ਉਹਨਾਂ ਨੂੰ ਪਤਾ ਹੈ, ਬਾਕੀਆਂ ਨੂੰ ਨਹੀਂ ਦੱਸਦੇ ਹੁੰਦੇ, ਅਤੇ ਦੱਸਣ ਦੀ ਲੋੜ ਵੀ ਨਹੀਂ ਹੈ। ਲੇਕਿਨ ਫੋਰ ਸ਼ੋਰ ਤੁਹਾਨੂੰ ਮੈਂ ਇੱਕ ਚੀਜ਼ ਜਿਹੜੀ ਮੈਂ ਕਹਿ ਰਿਹਾ ਬਾਰ ਬਾਰ, ਕਿ 5 ਜਾਂ 6 ਹਜ਼ਾਰ ਡਾਲਰ ਜੀ ਸੇਵਿੰਗ ਕਰਨੀ ਆਫਟਰ ਆਲ ਐਕਸਪੈਂਸਿਸ ਇਨ ਕੈਨੇਡਾ ਇਜ਼ ਅ ਬਿਗ ਅਚੀਵਮੈਂਟ। ਅਗਰ ਕੋਈ ਕਰ ਰਿਹਾ ਹੈ ਤਾਂ, ਮਤਲਬ ਆਮ ਇਨਸਾਨ ਜਿਹੜਾ ਵਰਕਰ ਲੈਵਲ ਦਾ, ਭਾਵੇਂ ਕੋਈ ਟਰੱਕ ਚਲਾ ਰਿਹਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਗਰਾਜਾਂ ਵਿੱਚ ਕੰਮ ਕਰ ਰਿਹਾ ਜਾਂ ਕੋਈ ਹੋਰ ਕੋਈ ਕੰਮ ਕਰ ਰਿਹਾ, ਅਤੇ ਮੈਂ ਨਹੀਂ ਸਮਝਦਾ ਕਿ ਮੈਂ ਤਾਂ ਨਹੀਂ ਚਾਹੁੰਦਾ ਕਿਸੇ ਨੂੰ ਐਡਮਿੰਟਨ ਸ਼ਹਿਰ ਵਿੱਚ, ਜਿੰਨੇ ਵੀ ਲੋਕ ਹੈ, ਮੈਨੂੰ ਉੱਥੇ ਰਹਿੰਦੇ ਕਾਫੀ ਸਾਲ ਹੋ ਗਏ, ਮੈਂ ਨਹੀਂ ਚਾਹੁੰਦਾ ਕਿਸੇ ਨੂੰ ਵੀ ਜਿਨ੍ਹਾਂ ਦੀ ਕਮਾਈ ਆਫਟਰ ਡਿਡਕਸ਼ਨ ਇਜ਼ $6,000 ਅ ਮੰਥ, ਇਟਸ ਇੰਪੋਸੀਬਲ। ਜੇਕਰ ਤੁਹਾਡੀ ਕਮਾਈ ਹੈ, ਜੇ ਤੁਸੀਂ ਆਪਣੀ ਸੇਵਿੰਗ ਕਰਕੇ ਆਪਣਾ ਕਰਕੇ ਤੁਸੀਂ ਆਪਣੀ ਜਮ੍ਹਾਂ ਪੂੰਜੀ ਕਰ ਰਹੇ ਹੋ, ਮੇਰੇ ਖਿਆਲ ਇਟਸ ਅ ਬਿਗ ਅਚੀਵਮੈਂਟ, ਤੁਹਾਨੂੰ ਸ਼ਾਇਦ ਕੈਨੇਡਾ ਜਾਣ ਦੀ ਲੋੜ ਨਹੀਂ। ਬਾਕੀ ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਭਾਜੀ। ਹੁਣ ਇੱਦਾਂ ਜੀ, ਬਾਕੀ ਜਿੱਦਾਂ ਹੁਣ ਅਸੀਂ ਇੱਥੇ ਹੀ ਕੰਮ ਕਰਦੇ ਹਾਂ, ਹੁਣ ਸਾਰੀ ਦੁਨੀਆ ਲੋਕਡਾਊਨ ਆ, ਇਸ ਮੁਲਕ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਫਿਰ ਮੌਜਾ ਕਰੋ, ਫਿਰ ਤਾਂ ਕੋਈ ਚੱਕਰ ਨਹੀਂ। ਤੁਸੀਂ ਜਿਸ ਤਰ੍ਹਾਂ ਆਪਣਾ ਕਰਕੇ, ਜਿੰਨੇ ਵੀ ਤੁਹਾਡੇ ਸਾਲ ਬਚੇ ਹੈ, ਮੇਰੇ ਖਿਆਲ ਹੈ ਕਿ ਤੁਸੀਂ 1 ਸਾਲ 2 ਸਾਲ ਹੋਰ ਲਾ ਕੇ ਜਿੰਨੇ ਵੀ ਪੈਸੇ ਇਕੱਠੇ ਕਰਕੇ, ਅਗਰ ਜੇ ਤੁਸੀਂ ਇੰਡੀਆ ਵੀ, ਯੂ ਨੋ, ਯੂ ਨੈਵਰ ਨੋ, ਅਗਰ ਇੰਡੀਆ ਜਾਣਾ ਕੁਝ ਸਾਲਾਂ ਬਾਅਦ, 2 ਸਾਲ 3 ਸਾਲ ਬਾਅਦ, ਜੇ ਅਗਰ 2-3 ਕਰੋੜ ਰੁਪਏ ਅਗਰ ਜੀ ਕਮਾ ਕੇ ਤੁਸੀਂ ਲੈ ਗਏ, ਜਸਟ ਐਸਟੀਮੇਟ, ਅਗਰ ਲੈ ਗਏ, ਫਿਰ ਵੀ ਉੱਥੋਂ ਵੀ ਤੁਸੀਂ ਆਪਣਾ ਕੋਈ ਇੰਡੀਆ ਵੀ ਕੁਝ ਕੰਮ ਕਰ ਸਕਦੇ ਹੋ। ਇੰਡੀਆ ਕੋਈ ਮਾੜੀ ਚੀਜ਼ ਜਗ੍ਹਾ ਨਹੀਂ ਹੈ, ਉੱਥੇ ਵੀ ਤੁਸੀਂ ਕੋਈ ਗਰਾਜ ਗਰੂਜ ਖੋਲ ਸਕਦੇ ਹੋ, ਜੋ ਮਰਜ਼ੀ ਖੋਲਣਾ ਖੋਲ ਸਕਦੇ ਹੋ ਇੱਥੇ ਦੀ ਸਕਿੱਲ ਲੈ ਕਰ। ਭਾਜੀ ਉੱਦਾਂ ਉੱਥੇ ਤਾਂ ਜ਼ਮੀਨ ਬਹੁਤ ਬਣਾਈ ਜੀ ਆਪਾਂ, ਉੱਥੇ ਜਿੱਦਾਂ ਆਪਾਂ ਨੂੰ ਠੇਕਾ ਹੀ ਹੁਣ ਬਥੇਰਾ ਆ ਜਾਂਦਾ ਜੀ ਉੱਥੇ। ਹੁਣ ਤਾਂ ਜੇ ਆਪਾਂ ਵਿਹਲੇ ਵੀ ਰਹੀਏ ਜੀ ਭਾਜੀ, ਹੁਣ ਕੰਮ ਕਰਨ ਲਈ ਤਾਂ ਜ਼ਰੂਰਤ ਵੈਸੇ ਹੈ ਨਹੀਂ ਜੀ। ਬਸ ਫਿਰ ਜੇ ਕੈਨੇਡਾ ਜਾਣਾ ਹੈ, ਭਾਵੇਂ ਤੁਸੀਂ ਜਾਓ ਜਾਂ ਕੋਈ ਹੋਰ ਆਏ, ਇੱਥੇ ਤੇ 10 ਸਾਲ ਦੀ ਸਟਰਗਲ ਮਿਨੀਮਮ ਹੈ, 10 ਈਅਰ ਸਟਰਗਲ। ਜੇ 10 ਸਾਲ ਆਪਣੀ ਜ਼ਿੰਦਗੀ ਦੇ ਸਟਰਗਲ ਨੂੰ ਦੇ ਸਕਦੇ ਹੋ, ਫਿਰ ਠੀਕ ਹੈ ਕੈਨੇਡਾ, ਅਦਰਵਾਈਜ਼ ਤੋਂ ਨਹੀਂ ਭਾਜੀ ਫੇਰ ਤਾਂ ਔਖਾ। 10 ਸਾਲ ਫਿਰ ਤੁਹਾਨੂੰ ਪਤਾ 54 ਹੋ ਗਏ ਜਾਂ 55 ਸਾਲ। ਦੇਖੋ ਮੈਂ ਤੇ ਸੱਚੀ ਗੱਲ ਕਰ ਦਿੰਦਾ ਲੋਕਾਂ ਨੂੰ, ਚਾਹੇ ਭਾਵੇਂ ਪਸੰਦ ਆਏ ਨਾ ਆਏ, ਕਿਉਂਕਿ ਮੈਨੂੰ ਕੋਈ ਲਾਲਚ ਨਹੀਂ ਹੈ, ਮੇਰੇ ਤੋਂ ਤੁਸੀਂ ਕੰਮ ਕਰਾਓ ਜਾਂ ਨਾ ਕਰਾਓ, ਆਈ ਡੋਂਟ ਕੇਅਰ। ਕਈ 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 ਕੰਸਲਟੈਂਟ ਵਾਰਾ ਨਾ, ਕਈ ਕੰਸਲਟੈਂਟ ਵਾਰਾ ਇਸ ਤਰ੍ਹਾਂ ਫਿਰ ਉਹ ਇੱਕ ਇੱਕ ਸ਼ਿਕਾਰ ਨੂੰ ਫਸਾਉਣ ਲਈ ਕਹਿੰਦੇ, ਹਾਂ ਵੀ ਤੁਸੀਂ ਮੇਰੇ ਤੋਂ ਰੈੱਡ ਸੀਲ ਕਰਾ ਲਓ ਜੀ, ਮੇਰੇ ਤੋਂ ਵਰਕ ਪਰਮਿਟ ਕਰਾ ਲਓ ਜੀ, ਮੇਰੇ ਤੋਂ ਵਿਜ਼ਿਟ ਵੀਜ਼ਾ ਕਰਾ ਲਓ ਜੀ, ਮੈਂ ਇੰਨੇ ਪੈਸੇ ਚਾਰਜ ਕਰਾਂਗਾ, ਉਹ ਕਰਾਂਗੇ। ਮੈਨੂੰ ਕੋਈ ਲੋੜ ਨਹੀਂ ਹੈ ਕਿਸੇ ਨੂੰ ਇੰਪ੍ਰੈਸ ਕਰਨ ਦੀ, ਜਿਹਨੇ ਕੰਮ ਕਰਾਉਣਾ ਹੈ ਕਰਾਓ, ਜਿਹਨੇ ਨਹੀਂ ਕਰਾਉਣਾ ਨਾ ਕਰਾਓ, ਆਪਾਂ ਤਾਂ ਦਾਲ ਫੁਲਕਾ ਖਾ ਰਹੇ ਹਾਂ। ਨਹੀਂ ਗੱਲ ਭਾਜੀ ਜਿਹੜੀ ਸੱਚਾਈ ਹੈ ਨਾ, ਸੱਚਾਈ ਚਲੋ ਜਿਹੜਾ ਬੰਦੇ ਨੂੰ ਕਈਆਂ ਨੂੰ ਮਤਲਬ ਬੁਰੀ ਲੱਗਦੀ ਹੈ, ਪਰ ਸੱਚਾਈ ਦਾ ਜਿਹੜਾ ਰੋਲ ਆ ਬਹੁਤ ਵਧੀਆ ਹੁੰਦਾ। ਹਾਂਜੀ ਹਾਂਜੀ, ਚਲੋ ਚਲੋ, ਥੈਂਕ ਯੂ ਵੈਰੀ ਮੱਚ। ਹੋਰ ਕੋਈ ਸਵਾਲ ਤਾਂ ਨਹੀਂ ਕਰੇਗਾ? ਨਹੀਂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਮਨ ਨੂੰ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਵੀ, ਤੇ ਚਲੋ ਜੇ ਮਹਾਰਾਜ ਨੇ ਚਾਹਿਆ ਤੇ ਫਿਰ ਤੁਹਾਨੂੰ ਉੱਥੇ ਸ਼ੋਰ ਆਓ ਆਓ ਕਦੇ ਦਰਸ਼ਨ ਦੋ ਕੈਨੇਡਾ, ਜ਼ਰੂਰ ਫੋਨ ਕਰਨਾ ਐਡਮਿੰਟਨ ਆਓ ਫਿਰ। ਠੀਕ ਹੈ ਸਰ, ਥੈਂਕ ਯੂ ਥੈਂਕ ਯੂ, ਓਕੇ ਬਾਏ, ਸਤਿ ਸ਼੍ਰੀ ਅਕਾਲ। ਓਕੇ ਬਾਏ, ਸਤਿ ਸ਼੍ਰੀ ਅਕਾਲ।